कस्बा सुर सिंह विखे एक जबरदस्त एक्सीडेंट होने का समाचार प्राप्त होया है। प्राप्त जानकारी अनुसार गड्डी XUV PB47F0515 अमृतसर तो पिखीविंड जा रही थी। ਤਾਂ ਜਦੋਂ ਉਹ ਕਸਬਾ ਸੁਰ ਸਿੰਘ ਤੋਂ ਥੋੜ੍ਹੀ ਅੱਗੇ ਪਹੁੰਚੀ ਤਾਂ ਇੱਕ ਮੋਟਰਸਾਈਕਲ PB38B7336 ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੋਨੋਂ ਸਕੇ ਭਰਾ ਗੁਰਬੀਰ ਸਿੰਘ ਅਤੇ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਮੌਤ ਹੋ ਗਈ, ਜਦਕਿ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਉੱਧਰ ਮੌਕੇ 'ਤੇ ਪਹੁੰਚੀ ਸੁਰ ਸਿੰਘ ਪੁਲਿਸ ਵੱਲੋਂ ਮੋਟਰਸਾਈਕਲ ਅਤੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਨਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪਰਿਵਾਰ ਅਤੇ ਪਿੰਡ ਵਿੱਚ ਗਮਗੀਨ ਮਾਹੌਲ ਛਾਇਆ ਹੋਇਆ ਸੀ ਅਤੇ ਇਸੇ ਦੌਰਾਨ ਮ੍ਰਿਤਕ ਨੌਜਵਾਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਕੀਤਾ ਗਿਆ। ਭਿਆਨਕ ਵਾਪਰੀ ਇਸ ਦੁੱਖ ਦੀ ਘੜੀ ਵਿੱਚ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਿੰਡ ਸੁਰ ਸਿੰਘ ਵਿਖੇ ਜਾ ਕੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਪੰਜਾਬ ਸਰਕਾਰ ਤੋਂ ਇਸ ਪਰਿਵਾਰ ਨੂੰ ਸਹੂਲਤ ਮੁਹੱਈਆ ਕਰਵਾਏਗੀ। ਹੋਰ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਸਵਾਰ ਵਿਅਕਤੀ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਫਿਲਹਾਲ ਪੁਲਿਸ ਚੌਂਕੀ ਸੁਰ ਸਿੰਘ ਵੱਲੋਂ XUV ਗੱਡੀ ਦੇ ਡਰਾਈਵਰ 'ਤੇ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਬਾਈਟ ਨੌਜਵਾਨਾਂ ਦਾ ਪਿਤਾ ਸੁਖਦੇਵ ਸਿੰਘ ਅਤੇ ਪਰਿਵਾਰ ਦੇ ਮੈਂਬਰ ਅਤੇ ਪਿੰਡ ਵਾਸੀ ਬਾਈਟ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਸਟਾਰ TV ਦੀ ਇਹ ਰਿਪੋਰਟ। ਹਾਂਜੀ ਭਾਈ ਸਾਹਿਬ ਜੀ, ਤੁਹਾਡੇ ਬੇਟੇ ਸੀ ਦੋਵੇਂ? ਹਾਂਜੀ ਭਾਈ। ਹਾਂਜੀ, ਕੀ ਕਹਿਣਾ ਚਾਹੋਗੇ? ਇਹ ਤਾਂ ਕਹਿਣਾ ਵੀ ਮੇਰੇ ਬੇਟੇ ਆ, ਉਹਨਾਂ ਦੀ ਡੈਥ ਹੋ ਗਈ ਆ ਅਤੇ ਮੇਰਾ ਕਮਾਈ ਦਾ ਸਾਧਨ ਵੀ ਉਹ ਸੀ ਅਤੇ ਮੈਂ ਮੰਜੇ 'ਤੇ ਹਾਂ 7-8 ਸਾਲਾਂ ਤੋਂ, ਮੇਰੇ ਨੁਸ਼ਕਿਆ ਸਰੀਰ ਦੇ ਵਿੱਚ ਅਤੇ ਇਹ ਕਾਰਨ ਮੈਂ ਤਾਂ ਕੁਛ ਕਰ ਨਹੀਂ ਸਕਦਾ, ਮੈਨੂੰ ਇਹਨਾਂ ਦਾ ਹੀ ਆਸਰਾ ਸੀ ਅਤੇ ਇਹੋ ਹੀ ਕਮਾਈ ਕਰਦੇ ਸੀ। ਇੱਕ ਬੱਚਾ ਹੋ ਰਿਹਾ, ਉਹ ਬਾਹਰ ਅੰਦਰ ਰਹਿੰਦਾ ਵਾ, ਉਹ ਆਪਦੀ ਦਿਹਾੜੀ ਦਾ ਪਕੜ ਕੇ ਆਪ ਹੀ ਖਾਂਦਾ ਜੀ। ਹਾਂਜੀ ਬਾਪੂ ਜੀ, ਇਹ ਜਿਹੜੇ ਤੁਹਾਡੇ ਬੇਟਿਆਂ ਦੀ ਡੈਥ ਹੋਈ ਆ, ਕਿਸ ਤਰ੍ਹਾਂ ਹੋਈ ਆ ਜੀ? ਇਹ ਭਾਅ ਜੀ ਢਿੱਖੀ ਵਿੰਡ ਨਜ਼ਦੀਕੀ ਕੰਮ ਗਏ ਆ ਅਤੇ ਮਗਰ ਉਹ ਗੱਡੀ ਆਈ ਆ ਅੰਮ੍ਰਿਤਸਰ ਵੱਲੋਂ, ਇਹ ਭਿੱਖੀ ਵਿੰਡ ਨੂੰ ਜਾਣ ਡਿਆ, ਪਿੱਛੋਂ ਗੱਡੀ ਜਿਹੜੀ ਆ ਮੋਟਰਸਾਈਕਲ ਦੇ ਵਿੱਚ ਵੱਜੀ ਆ। ਉਹ ਜਿਹੜੀ ਗੱਡੀ ਆ ਉਹ 30 ਮੀਟਰ ਤਾਂ ਹੀ ਦੂਰੀ ਤਾਂ ਹੀ ਲੈ ਗਈ ਇਹਨਾਂ ਨੂੰ ਧੱਕ ਕੇ ਹੀ, ਗੱਡੀ ਦਾ ਕੰਟਰੋਲ ਨਹੀਂ ਕੀਤਾ ਡੱਗੀ ਦੀ, ਫਿਰ ਗੱਡੀ ਦਾ ਜਦੋਂ ਅਗਲਾ ਬੰਨੇ ਉਹ ਬਾਡੀ ਟੁੱਟ ਗਈ ਆ, ਗੱਡੀ ਆਪਣੇ ਆਪ ਬੰਦ ਹੋਈ ਆ। ਇਹਨਾਂ ਫੋਟੋ ਦੇ ਉੱਤੇ ਵੀ ਵੇਖਿਆ ਗੱਡੀ ਸਾਰੀ ਟੁੱਟ ਗਈ ਅਤੇ ਤਾਂ ਬੰਦ ਹੋਈ ਆ। ਇਹ ਕਿੰਨੇ ਕੁ ਵਜੇ ਦਾ ਟਾਈਮ ਸੀ ਜਿਹੜਾ ਐਕਸੀਡੈਂਟ ਦਾ ਜੀ? ਇਹ ਜੀ ਇੱਥੋਂ ਘਰੋਂ ਤਾਂ 3 ਵਜੇ ਗਿਆ ਅਤੇ ਉੱਥੇ ਜਾ ਕੇ ਕੰਮ 3:15 ਦਾ ਆਇਆ। ਅਤੇ ਤੁਹਾਡੇ ਬੇਟੇ ਦੇ ਵਿਆਹ, ਇੱਕ ਵਿਆਹ ਸੀ ਕਿ ਜਾਂ ਦੋ ਨੂੰ ਵਿਆਹ ਸੀ? ਇਹ ਵੱਡਾ ਬੇਟਾ ਵਿਆਹ ਸੀ ਅਤੇ ਛੋਟਾ ਜੇ ਉਸ ਤਰ੍ਹਾਂ ਜੀ। ਕਿੰਨਾ ਚਿਰ ਹੋਇਆ ਜੀ ਉਹਦੇ ਵਿਆਹ ਨੂੰ? ਉਹਦੇ ਵਿਆਹ ਨੂੰ 1.5 ਸਾਲ ਹੋਇਆ ਜੀ। ਕਿੰਨੇ ਬੱਚੇ ਜੀ ਉਹਦੇ? ਇੱਕ ਬੱਚਾ ਜੀ। ਅਤੇ ਕੀ ਮੰਗ ਕਰਦੇ ਸਰਕਾਰ ਕੋਲ ਤੁਸੀਂ, ਕੀ ਉਹ ਛੋਟੇ ਜਿਹੇ ਬੱਚੇ ਵਾਸਤੇ ਜਾਂ ਕੀ ਹੈ? ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਸਰਕਾਰ ਆ, ਅਸੀਂ ਸਭ ਤੋਂ ਵੱਡਾ ਕਾਨੂੰਨ ਨੂੰ ਕਹਿੰਦੇ ਜੋ ਸਾਡਾ ਹੱਕ ਬਣਦਾ ਸਾਨੂੰ ਸਰਕਾਰ ਦੇ। ਤੁਸੀਂ ਵੀ ਕੋਈ ਕੰਮ ਕਾਰ ਕਰਦੇ ਜੇ? ਜਾਂਦੇ ਨਹੀਂ ਜੀ, ਅਸੀਂ ਤਾਂ 7-8 ਸਾਲਾਂ ਤੋਂ ਹੀ ਮੰਜੇ 'ਤੇ ਹਾਂ ਜੀ, ਅਸੀਂ ਸਾਡਾ ਆਸਰਾ ਇਹੋ ਜੀ। ਤੁਹਾਡੇ ਘਰ ਦਾ ਗੁਜ਼ਾਰਾ ਜਿਹੜਾ ਇਹਨਾਂ ਦੋਨਾਂ ਬੇਟਿਆਂ ਦੇ? ਇਹਨਾਂ ਦੋਵਾਂ ਦੇ ਸਿਰ 'ਤੇ। ਕੀ ਮੰਗ ਕਰਦੇ ਹੁਣ? ਵੱਡਾ ਧੱਕਾ ਸਾਡੇ ਪਰਿਵਾਰ ਨਾਲ, ਵਿਚਾਰਿਆਂ ਨਾਲ, ਗਰੀਬ ਪਰਿਵਾਰ ਆ, ਬਹੁਤ ਵੱਡਾ ਧੱਕਾ ਹੋਇਆ। ਦੋ ਬੱਚੇ ਵਿਚਾਰੇ ਇੱਕ ਪਰਿਵਾਰ ਦੇ ਇਸ ਸੰਸਾਰ ਤੋਂ ਤੁਰ ਗਏ, ਅਤੇ ਜਿਹੜਾ ਬਹੁਤ ਵੱਡਾ ਹਾਦਸਾ ਇਹ ਵਾਪਰਿਆ ਅਤੇ ਮੈਂ ਅੱਜ ਅਫਸੋਸ ਕਰਨ ਲਈ ਇੱਥੇ ਪਰਿਵਾਰ ਨਾਲ ਆਇਆ, ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਆਇਆ। ਹਰ ਤਰ੍ਹਾਂ ਮੈਂ ਇਸ ਪਰਿਵਾਰ ਦੇ ਨਾਲ ਹਾਂ, ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸਾਰਾ ਪਿੰਡ ਅੱਜ ਇਹਨਾਂ ਦੇ ਨਾਲ ਬੈਠਾ ਹੈ, ਉੱਥੇ ਮੈਂ ਵੀ ਇਹਨਾਂ ਦੇ ਦੁੱਖ ਵਿੱਚ ਹਾਜ਼ਰ ਹੋਇਆ ਅਤੇ ਹਰ ਤਰ੍ਹਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਮੈਂ ਜਿੰਨੀ ਵੀ ਮੇਰੇ ਤੋਂ ਸੇਵਾ ਇਸ ਪਰਿਵਾਰ ਦੀ ਹੋ ਸਕੀ ਮੈਂ ਇਹਨਾਂ ਦੇ ਨਾਲ ਖੜ ਕੇ ਇੱਕ ਤਾਂ ਉਹਨਾਂ ਵਿਰੁੱਧ ਕਾਰਵਾਈ ਵੀ ਬੰਦਿਆਂ ਦੇ ਵਿਰੁੱਧ ਕਰਵਾਈ ਹੈ ਜਿਹੜਾ ਐਕਸੀਡੈਂਟ ਹੋਇਆ, ਇਹਨਾਂ ਦੀ ਹਰ ਸੰਭਵ ਜਿਹੜੀ ਮਦਦ ਆ ਉਹ ਆਪਾਂ ਇਹਨਾਂ ਪਰਿਵਾਰ ਦੀ ਕਰਾਂਗੇ। ਹਾਂਜੀ ਸਰ ਸਾਹਿਬ, ਇਹ ਜੋ ਭਾਣਾ ਵਰਤਿਆ ਪਿੰਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਕਹਿਣਾ ਚਾਹਾਂਗੇ ਵੀ ਘਰ ਹੀ ਹਿਸਾਬ ਨਾਲ ਇਹਨਾਂ ਦਾ ਮੁੱਦਾ ਪੈ ਗਿਆ ਅਤੇ
ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਉਹ ਦੋਨੋਂ ਭਰਾ ਭਿੱਖੀਵਿੰਡ ਕੋਈ ਆਪਦੇ ਨਿੱਜੀ ਕੰਮ ਵਾਸਤੇ ਜਾ ਰਹੇ ਸੀਗੇ ਅਤੇ ਪਿੱਛੋਂ ਗੱਡੀ ਆਈ ਆ ਤੇਜ਼ ਰਫਤਾਰ ਅਤੇ ਗੱਡੀ ਵੀ ਅੰਮ੍ਰਿਤਸਰ ਵੱਲੋਂ ਆ ਰਹੀ ਸੀ ਭਿੱਖੀਵਿੰਡ ਜਾ ਰਹੀ ਸੀ ਵੀ ਧੱਕ ਕੇ ਲੈ ਗਈ ਕੋਈ 25-30 ਮੀਟਰ ਦੀ ਦੂਰੀ 'ਤੇ ਜਾ ਕੇ ਗੱਡੀ ਆਪਣੇ ਆਪ ਬੰਦ ਹੋਈ ਆ ਅਤੇ ਫਿਰ ਛੁਟਕਾਰਾ ਹੋਇਆ। ਬਾਕੀ ਇਹ ਆ ਵੀ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਅਸੀਂ ਵੀ ਇੱਥੋਂ ਗਏ ਹਾਂ ਅਤੇ ਉਸ ਵੇਲੇ ਉੱਥੇ ਰਸ਼ ਬਹੁਤ ਸੀਗਾ ਅਤੇ ਜਿਹੜੇ ਉਹਨਾਂ ਦੇ ਪਰਸ ਸੀ ਮੋਬਾਈਲ ਵੀ ਉਹ ਵੀ ਨਹੀਂ ਮਿਲੇ ਕਿਉਂਕਿ ਮੋਬਾਈਲਾਂ ਦੇ ਪਰਸ ਦੇ ਵਿੱਚ ਉਹਨਾਂ ਦੇ ਲਾਇਸੈਂਸ ਵੀ ਡਰਾਈਵਿੰਗ ਲਾਇਸੈਂਸ ਵੀ ਕੋਲ ਸੀਗੇ ਅਤੇ ਉਹ ਨੀਗੇ ਮਿਲੇ ਅਤੇ ਅਸੀਂ ਵੀ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਬੰਦ ਦੀ ਸਹੂਲਤ ਜਾਂ ਉਹ ਤੋਂ ਜਿਹਦੇ ਨੂੰ ਇਹ ਭਾਣਾ ਵਾਪਰਿਆ ਵਾ ਉਹ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦੇ ਹੱਕ ਰਸੀ ਹੋ ਸਕੇ। ਇਹ ਮੌਕੇ 'ਤੇ ਵੀਰ ਦੀ ਡੈਥ ਹੋ ਗਈ ਆ ਜਾਂ ਕੀ ਹਸਪਤਾਲ ਜਾ ਕੇ ਹੋਈ? ਇੱਕ ਦੀ ਜਿਹੜੀ ਆ ਗੁਰਬੀਰ ਸਿੰਘ ਜੋਬਨ ਜਿਹੜੀ ਉਹ ਜਦੋਂ ਇੱਥੋਂ ਲੈ ਗਏ ਸਹਿਗਦੇ ਨੂੰ ਅਤੇ ਜਦੋਂ ਭਿੱਖੀਵਿੰਡ ਜਾ ਕੇ ਨਾਂਦਾ ਹਸਪਤਾਲ ਜਾ ਕੇ ਖੜਿਆ ਵਾ ਡਾਕਟਰ ਨੇ ਉੱਤਰ ਕੇ ਚੈੱਕ ਕੀਤਾ ਅਤੇ ਉਹਨਾਂ ਨੇ ਇਹਨਾਂ ਨੂੰ ਇਹ ਮੌਤ ਡਿਕਲੇਅਰ ਕਰਤਾ ਵਾ ਅਤੇ ਦੂਜੇ ਨੂੰ ਜਿਹੜਾ ਉਹਨਾਂ ਨੇ ਅੰਦਰ ਲੈ ਗਏ ਆ ਅਤੇ ਉਹਨੂੰ ਵੀ ਉਹਨਾਂ ਨੇ ਰੈਫਰ ਕਰਤਾ ਵੀ ਸਾਡੇ ਵੱਸ ਦੀ ਗੱਲ ਨਹੀਂ ਇਹਨੂੰ ਅੰਮ੍ਰਿਤਸਰ ਲੈ ਜਾਓ ਅਤੇ ਅੰਮ੍ਰਿਤਸਰ ਜਾ ਕੇ ਅਤੇ ਤੜਕੇ ਉਹਨੇ ਵੀ ਸਵਾਸ ਦੇ ਦਿੱਤੇ। ਹਾਂਜੀ ਸਰ, ਜਿਹੜਾ ਆਏ ਪਰਿਵਾਰ ਦੇ ਨਾਲ ਕੀ ਕਹਿਣਾ ਚਾਹੋਗੇ ਅੱਜ? ਮੈਂ ਵੀਰੇ ਅੱਜ ਮੈਨੂੰ ਕੱਲ੍ਹ ਹੀ ਸ਼ਾਮੀ ਰਾਤ ਪਤਾ ਲੱਗਾ ਜੀ ਜਿਹੜਾ ਇਹ ਹਾਦਸਾ ਵਾਪਰਿਆ ਬਹੁਤ ਵੱਡਾ ਧੱਕਾ ਸਾਡੇ ਇਸ ਪਰਿਵਾਰ ਨਾਲ ਵਿਚਾਰਿਆਂ ਨਾਲ ਗਰੀਬ ਪਰਿਵਾਰ ਆ ਬਹੁਤ ਵੱਡਾ ਧੱਕਾ ਹੋਇਆ। ਦੋ ਬੱਚੇ ਵਿਚਾਰੇ ਇੱਕ ਪਰਿਵਾਰ ਦੇ ਇਸ ਸੰਸਾਰ ਤੋਂ ਤੁਰ ਗਏ ਜੀ ਅਤੇ ਜਿਹੜਾ ਬਹੁਤ ਵੱਡਾ ਹਾਦਸਾ ਇਹ ਵਾਪਰਿਆ ਅਤੇ ਮੈਂ ਅੱਜ ਅਫਸੋਸ ਕਰਨ ਲਈ ਇਸੇ ਪਰਿਵਾਰ ਨਾਲ ਆਇਆ, ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਆਇਆ। ਹਰ ਤਰ੍ਹਾਂ ਮੈਂ ਇਸ ਪਰਿਵਾਰ ਦੇ ਨਾਲ ਹਾਂ ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਸਾਰਾ ਪਿੰਡ ਅੱਜ ਇਹਨਾਂ ਦੇ ਨਾਲ ਬੈਠਾ ਉੱਥੇ ਮੈਂ ਵੀ ਇਹਨਾਂ ਦੇ ਦੁੱਖ ਵਿੱਚ ਹਾਜ਼ਰ ਹੋਇਆ ਅਤੇ ਹਰ ਤਰ੍ਹਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਮੈਂ ਜਿੰਨੀ ਵੀ ਮੇਰੇ ਤੋਂ ਸੇਵਾ ਇਸ ਪਰਿਵਾਰ ਦੀ ਹੋ ਸਕੀ ਮੈਂ ਇਹਨਾਂ ਦੇ ਨਾਲ ਖੜ ਕੇ ਇੱਕ ਤਾਂ ਉਹਨਾਂ ਵਿਰੁੱਧ ਕਾਰਵਾਈ ਵੀ ਬੰਦਿਆਂ ਦੇ ਵਿਰੁੱਧ ਕਰਵਾਈ ਹੈ ਜਿਹੜਾ ਐਕਸੀਡੈਂਟ ਹੋਇਆ, ਇਹਨਾਂ ਦੀ ਹਰ ਸੰਭਵ ਜਿਹੜੀ ਮਦਦ ਆ ਉਹ ਆਪਾਂ ਇਹਨਾਂ ਪਰਿਵਾਰ ਦੀ ਕਰਾਂਗੇ।